ਮੈਨੂੰ ਤਾਂ ਇਹ ਨਹੀਂ ਸਮਝ ਆਦਾ ਕਿ ਕਿਹੜੇ ਲੋਕੀ ਨੇ ਕਿਹੜੇ ਦੁਨੀਆ ਤੋਂ ਆਏ ਨੇ 2 ਤੋਂ 5 ਸਾਡਾ ਸੌਣ ਦਾ ਟਾਈਮ ਹੈ 2 ਤੋਂ 5 ਜਿ세 ਸੋਣਾ ਹੀ ਹੁੰਦਾ 2 ਤੋਂ 5 ਸੌਣ ਦਾ ਟਾਈਮ ਹੈ ਕਿ 2 ਤੋਂ 5 ਤੋਂ ਕਿਰਤਨ ਦਾ ਟਾਈਮ ਹੈ ਹੈ ਅਸ ਮੇਰੀ ਵਰਗੀ ਚਾਹੇ ਜਿੰਨੀ ਮਰਜੀ ਥਕੀ ਹੋਵਾਂ ਮੈਂ ਮੇਰੇ ਬੱਚਿਆਂ ਨੂੰ ਥਕਾ ਦਿੱਤਾ ਹੋਵੇ ਚਾਹੇ ਮੈਨੂੰ ਦੁਨੀਆ ਭਾਰ ਦੀ ਥਕਾਵਟ ਹੋਵੇ ਮੇਰਾ ਦਿਲ ਅੱਕ ਦਰਦ ਹੋ ਰਿਹਾ ਮੇਰੇ ਬੱਚਾ ਦਰਦ ਮੇਰੇ ਗੋਡੇ ਰਹਿ ਗਏ ਪਰ ਜੇਕਰ ਮੈਂ ਦੁਪਹਿਰੇ ਸੋ ਜਾਵਾਂ ਤਾਂ ਮੇਰਾ ਦਿਮਾਗ ਇਹ ਸੋਚਦਾ ਰਹੂਗਾ ਬੈਠੇ ਸੁੱਤੇ ਸੁੱਤੇ ਮੈਂ ਦਵਾਜਾ ਤਾਂ ਬੰਦ ਕੀਤਾ ਕਿਤੇ ਚੋਰ ਨਾ ਆ ਗਏ ਹੁਣ ਹਾਂ ਕੋਈ ਆਈ ਨਾ ਜਾਵੇ ਸੁੱਤੇ-ਸੁੱਤੇ ਨੂੰ ਅੰਦਰ ਕੁ ਦੁਨੀਆ ਭਰ ਦੇ ਦਿਮਾਗ ਤੇ ਗੱਲਾਂ ਚੱਲਦੀਆਂ ਰਹਿਣੀਆਂ ਚੱਲਦੀਆਂ ਰਹਿਣ ਜੋ ਚੱਲਦੀਆਂ ਨਹੀਂ ਐ ਇੱਕ ਤਾਂ ਸਾਵਧਾਨ ਇੰਡੀਆ ਇਹ ਤਾਂ ਇੰਨਾ ਡਰਾਉਂਦਾ ਹੈ ਬੰਦੇ ਨੂੰ ਪੁੱਛੋ ਨਾ ਜੇ ਬੰਦਾ ਇੱਕ ਐਪੀਸੋਡ ਤਾਂ ਦੇਖ ਲੈਣਾ ਤਾਂ ਉਹਨੂੰ ਹਫ਼ਤਾ ਦਿਮਾਗ 'ਚ ਸ਼ਾਕ ਹੀ ਚੱਲਦਾ ਰਹਿੰਦਾ ਸ਼ਾਕ ਹੀ ਚੱਲਦਾ ਰਹਿੰਦਾ ਕੋਈ ਜੇ ਕੋ ਦੁਕਾਨ ਤੇ ਕਸਟਮਰ ਵੀ ਆਜੇ ਇਹ ਕਿਤੇ ਚੋਰ ਹੀ ਤਾਂ ਨਹੀਂ ਇਹਨੇ ਸਾਨੂੰ ਮਾਰਨ ਦਾ ਨਹੀਂ ਚਾਕੂ ਲੁੱਟਣ ਹੀ ਆਇਆ ਸੀ ਦੁਕਾਨ ਤੇ ਹੈਂ ਬਈ ਅਸਮਿੰਦਰ ਮੇਰੀ ਸਰਦ ਜਿੰਦਗੀ ਬਰਛ ਤੋਂ ਹੀ ਪੀ ਲੋਕਾਂ ਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਦੁਨੀਆ ਭਰ ਦੀ ਟੈਨਸ਼ਨ ਆ ਰਵ ਨੇ ਸਾਨੂੰ ਹੀ ਦੇ ਦਿੱਤੀਆਂ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਹੈ ਜੇਕਰ ਮਨ ਲੋਕੀ ਕਹਿੰਦੇ ਅਸਰ ਰਾਤ ਨੂੰ 8 ਵਜੇ ਰੋਟੀ ਪਕਾਪੂ ਕੀ ਸੂ ਵੀ ਜਾਂਦੇ ਲੈ ਦੱਸ ਸਾਡੇ ਤਾਂ ਪੂਨੇ 11:00 ਵਜੇ ਹੋਣਾ 11:00 ਵਜੇ ਵੀ ਤਾਂ ਵੀ ਸਾਨੂੰ ਕਹਿ ਦਿੱਤਾ ਜਾਂਦਾ ਆ ਭਾਂਡੇ ਪੇ ਨੇ ਆ ਤਾਂ ਉਹ ਹੀ ਲੈਂਦੀ ਹੈ ਮੈਨੂੰ ਚਾਹ ਹੀ ਦੇ ਦੇ ਮੈਨੂੰ ਅੱਜ ਥੋੜੀ ਥਕਾਵਟ ਜੀ ਲੱਗਦੀ ਜੇਕਰ ਕਿਤੇ ਭੁੱਲ ਭੁਲੇਖੇ 11:00 ਵਜੇ ਨੀਂਦ ਆ ਵੀ ਜਾਂਦੀ ਅੱਖਾਂ ਦਾ ਮਤਲਬ ਆਣ ਵਾਲੀ ਹੁੰਦੀ ਅਸੋਸ ਇੱਕ ਦਮ ਦਿਮਾਗ ਚੱਲ ਪੈਂਦਾ ਹਏ ਸਵੇਰੇ ਕੀ ਸਬਜ਼ੀ ਬਣਾਵਾਂਗੀ ਕਿਤੇ ਮੈਂ ਸੁੱਤੀ ਨਾ ਰਹਿ ਜਾ ਲੁਕੀ ਗੁੰਦੇ ਆ ਲੈ ਦੱਸ ਹੈ ਘਰ ਦੇ ਇਹ ਦੱਸ 5 ਵਜੇ ਨਹੀਂ ਉੱਠੀ 5 ਵਜੇ ਨਹੀਂ ਉੱਠੀ ਇਹਨਾਂ ਨੂੰ ਕੀ ਪਤਾ ਜੇ ਮੈਂ ਸੁੱਤੀ ਹੂੰਗੀ ਤਾਂ ਦਦਾ ਮੈਂ ਉੱਠੂੰਗੀ ਜੇ ਮੈਂ ਸੋਵਾਂਗੀ ਪਾਰਾ 1 ਵਜੇ ਤਾਂ ਤਾਂ ਮੈਂ ਉੱਠੂੰਗੀ 5 ਵਜੇ ਸਵੇਰੇ ਉੱਠਣ ਦਾ ਕੋਈ ਪਤਾ ਨਹੀਂ 5 ਵਜੇ ਉੱਠੋ 7 ਵਜੇ ਉੱਠੋ 8 ਵਜੇ ਉੱਠੋ ਪਰ ਜੇ ਸੌਣ ਦਾ ਟਾਈਮ ਆਊਗਾ ਤਾਂ ਤਾਂ ਉਠਾਂਗੇ ਬਾਅਦ ਚ ਫੇਰ ਨਹੀਂ ਕੋ ਟੈਨਸ਼ਨ ਸਵੇਰ ਦੇ ਟਾਈਮ ਚ ਲਾਦਾਸ ਮੈਂ ਤਾਂ ਦੁਨੀਆ ਭ੍ਰਸਟ ਹੋ ਗਈ ਮੇਰੀ ਤਾਂ ਜ਼ਿੰਦਗੀ ਭ੍ਰਸਟ ਹੈ ਪੁੱਛੋ ਨਾ ਕਿੰਨਾ ਜ਼ਿੰਦਗੀ ਚ ਦੁੱਖ ਹੈਗਾ ਉਹ ਪਤਾ ਨਹੀਂ ਕਿੱਦਾਂ ਲੋਕੀ ਸੋਤੇ ਰਹਿੰਦੇ ਹੈਗੇ ਇਹਨਾਂ ਨੂੰ ਕੋ ਟੈਨਸ਼ਨ ਨਹੀਂ ਤੇ ਇਹ ਸੌਣ ਵਾਲੇ ਲੋਕੀ ਨੇ ਜਿਹੜੇ ਕਹਿੰਦੇ ਨੇ ਸਾਰੀ ਦੁਸਵਾ ਵਿਜ ਐਸੀ ਤਾਂ ਸੌਂਦੇ ਹੀ ਨਹੀਂ ਸਾ ਤਾਂ ਨੀਂਦ ਨਹੀਂ ਸਾ ਤਾਂ ਬਹੁਤ ਟੈਨਸ਼ਨ ਆ ਵਿਚਾਰੇ ਉਹਨਾਂ ਨੂੰ ਪੁੱਛੋ ਜਿਹੜੇ ਵਿਚਾਰੇ ਦਵਾਈਆਂ ਲੈ ਲੈ ਕੇ ਸੌਂਦੇ ਨੇ ਉਹਨਾਂ ਨੂੰ ਪੁੱਛੋ ਜੇ ਕਿ ਗਮ ਨੀਂਦ ਨਾ ਆਣ ਦਾ ਕੀ ਗਮ ਹੁੰਦਾ ਹੈ ਤੁਸੀਂ ਤੇ ਪ੍ਰਾਸ਼ਟ ਕੀਤੀ ਜਿੰਦਗੀ ਲੋਕਾਂ ਦੇ ਵੀ ਉਹ ਮਜ਼ਾਕ ਉਡਾੜਾ ਕੇ ਨੀਂਦ ਦੀ ਕਿ ਸਾਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਤੁਹਾਨੂੰ ਨੀਂਦ ਆ ਗਈ ਬਹੁਤ ਜ਼ਿਆਦਾ ਨੀਂਦ ਆਏ ਕਹੋਗੇ ਲੋਕਾਂ ਨੇ ਸਾਨੂੰ ਨੀਂਦ ਨਹੀਂ ਤੁਸੀਂ ਲੋਕਾਂ ਨੂੰ ਦੁਖ ਦੇਦੇ ਕਿ ਸੋਣਾ ਲਾਇਆ ਹੋਇਆ ਹੈ ਜਿੰਦਗੀ ਪ੍ਰਾਸ਼ਟ ਹੋਈ ਪਈ ਹੈ